ਮੇਰਾ ਨਾਮ ਆ ਜੀ ਲਾਡੀ ਗਿੱਲ। ਸਰ ਤੁਸੀਂ ਅੱਜ ਸਵਾਲਾ ਪੁਲਿਸ ਸਟੇਸ਼ਨ ਆ ਜੀ, ਇਹ ਵੀਡੀਓ ਵਾਇਰਲ ਹੋਈ ਸੀ ਜੋ ਡਾਂਸਰ ਤੇ ਕਲਾਸ ਮਾਰਿਆ ਗਿਆ ਸੀ, ਬੜਾ ਵਿਵਾਦ ਉੱਠਿਆ, ਤੇ ਉਸ ਵਿੱਚ ਤੁਸੀਂ ਸੀ ਜੋ ਡਾਂਸ ਨੂੰ ਸਾਈਡ ਤੇ ਲੈ ਕੇ ਜਾ ਰਹੇ। ਹਾਂਜੀ, ਕੀ ਕਹਿਣਾ ਚਾਹੁੰਦੇ? ਮੈਂ ਇਹੀ ਕਹਿਣਾ ਚਾਹੁੰਦਾ ਜੀ, ਦੇਖੋ ਉਹ ਸਿਰਫ ਤੁਸੀਂ 10 ਸਕਿੰਟ ਦੀ ਵੀਡੀਓ ਦੇਖੀ ਆ, ਵੀ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ, ਉਹਦੇ ਵਿੱਚ ਪੂਰੀ ਸੱਚਾਈ ਨਹੀਂ ਹੈਗੀ। ਜਿਹੜੀ ਸੱਚਾਈ ਆ ਅਸਲੀ ਉਹ ਹੋਰ ਆ। ਸੱਚਾਈ ਇਹ ਆ ਜੀ, ਦੇਖੋ ਉਹ ਪਾਰਟੀ ਨੇ 2-3 ਵਾਰ ਉਹਨੂੰ ਕਹਿਤਾ, ਜਿਹੜਾ ਉਹ ਕਹਿੰਦੀ ਆ ਮੈਨੂੰ ਸਟੇਜ 'ਤੇ ਨੱਚਣ ਨੂੰ ਹੇਠਾਂ ਕਹਿ ਰਹੇ ਸੀ, ਨਹੀਂ ਉਹ ਗੱਲ ਨਹੀਂ ਹੋਈ, ਉਹਨਾਂ ਨੇ ਇਹ ਕਿਹਾ ਸੀ ਵੀ ਸਟੇਜ ਤੋਂ ਚਲੇ ਜਾਓ, ਵੀ ਆਪਣੀ ਪੇਮੈਂਟ ਲਓ ਮੈਡਮ ਜੀ, ਅਸੀਂ ਉੱਥੋਂ ਕੰਮ ਨਹੀਂ ਕਰਾਉਣਾ, ਤੁਸੀਂ ਘਰ ਹੀ ਚਲੇ ਜਾਓ। ਪਤਾ ਕੀ ਗੱਲ ਆ, ਉੱਥੇ ਥੋੜ੍ਹੀ ਜਿਹੀ ਉਹਨਾਂ ਦੀ ਆਪਸ ਵਿੱਚ ਆਣ ਬਣ ਹੋ ਗਈ ਸੀ, ਉਹਦਾ ਕੰਮ ਨਹੀਂ ਉਹਨਾਂ ਨੂੰ ਅਨਫਿਟ ਰਿਹਾ, ਅਤੇ ਥੋੜ੍ਹਾ ਜਿਹਾ ਪਤਾ ਨਹੀਂ ਡਰਿੰਕ ਕੀਤੀ ਹੋਈ ਸੀ, ਪਤਾ ਨਹੀਂ ਕੀਤੀ ਹੋਈ ਸੀਗੀ, ਆਪਾਂ ਇਹ ਨਹੀਂ ਕਹਿ ਸਕਦੇ। ਪਤਾ ਕੀ ਗੱਲ ਆ, ਉਹਦੇ ਵਿੱਚ ਉਹਨ ਪਾਰਟੀ ਨੇ ਉਹਨੂੰ ਕਹਿਤਾ ਵੀ ਤੁਸੀਂ ਘਰੇ ਜਾਓ, ਪੇਮੈਂਟ ਵੀ ਦੇ ਤੀ, ਪਾਰਟੀ ਨੇ ਬਹੁਤ ਕਿਹਾ, ਕਹਿੰਦੀ ਮੈਂ ਨਹੀਂ ਜਾਣਾ, ਮੈਂ ਇੱਥੋਂ ਨਹੀਂ ਜਾਣਾ। ਨਹੀਂ ਜੀ, ਬੰਦ ਸੀ, ਉਹਨੇ ਪੇਮੈਂਟ ਜਾ ਕੇ ਸਿੱਧਾ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਤੇ ਜਿਵੇਂ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਕਿ ਹਾਂਜੀ ਡਾਂਸ ਨਾਲ ਗਲਤ ਕਰਦੇ ਨੇ ਲੋਕ। ਨਹੀਂ ਜੀ, ਇਹੋ ਜਿਹਾ ਕੋਈ ਗੱਲ ਨਹੀਂ ਗੀ, ਕੋਈ ਪਾਰਟੀ ਵੱਲੋਂ ਇਹੋ ਜਿਹਾ ਕੋਈ ਕਲੇਮ ਹੈ ਹੀ ਨਹੀਂ ਗਾ, ਮੈਂ ਪਾਰਟੀ ਦੇ ਘੱਟੋ ਘੱਟ 40-50 ਬਕਸਾਂ ਲਾ ਚੁੱਕਿਆ ਪਹਿਲਾਂ। ਇਹ ਗਲਤ ਹੋਇਆ ਜੀ, ਜੇ ਉਹਨਾਂ 'ਤੇ ਪਰਚਾ ਦਰਜ ਹੋ ਗਿਆ, ਕਿਉਂਕਿ 10 ਸੈਕਿੰਡ ਦੀ ਵੀਡੀਓ ਦੇਖੀ, ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ, ਗਲਤ ਹੈ। 10 ਸੈਕਿੰਡ ਦੀ ਵੀਡੀਓ 'ਚ ਕੁਛ ਨਹੀਂ ਪਤਾ ਲੱਗਦਾ, ਉੱਥੇ ਜਿਹੜੇ ਪੈਲਸ 'ਚ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ, ਉਹ ਕੈਮਰਾਜ਼ ਦੀ ਵੀਡੀਓ ਕਢਾਓ। ਸੁਣਨ 'ਚ ਆਇਆ, ਮੈਂ ਉੱਥੇ ਔਨ ਦੀ ਸਪੋਟ ਉੱਥੇ ਪ੍ਰੈਜੈਂਟ ਨਹੀਂ ਸੀਗੀ, ਕਿ ਉਹਨੇ ਮਾਈਕ 'ਚ ਪਹਿਲੇ ਆਡੀਅੰਸ ਨੂੰ ਬਹੁਤ ਕੁਛ ਬੋਲਿਆ ਹੈ, ਠੀਕ ਹੈ। ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ, ਲੇਕਿਨ ਕਦੇ ਵੀ ਕੁੜੀ ਦਾ ਸਟੇਜ 'ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ, ਕਿਉਂਕਿ ਅਸੀਂ ਉਸ ਟਾਈਮ 20-25 ਮੈਂਬਰ ਹਾਂ, ਉਹ ਪੂਰੀ ਬਰਾਤ ਹੈ, ਹੈ ਨਾ। ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ, ਜਿਨ੍ਹਾਂ ਨੇ ਮਤਲਬ ਫਿਰ ਵੀ ਕਿਹਾ ਭੈਣੇ ਤੂੰ ਚਲੀ ਜਾ, ਪੇਮੈਂਟ ਵੀ ਦੇਤੀ ਉਹਨਾਂ ਦੇ ਹੱਥ, ਅਤੇ ਗਲਤ ਹੋਇਆ, ਗਾਲੀ ਗਲੋਚ ਦਾ ਮਤਲਬ ਨਹੀਂ ਸੀ। ਲਾਡੀ ਗਿੱਲ ਭਾਅ ਜੀ ਉਹਨੂੰ ਬਚਾ ਵੀ ਰਹੇ ਕਿ ਤੂੰ ਛੱਡ, ਲੜਾਈ ਨਹੀਂ ਕਰਨੀ। ਫਿਰ ਇੱਕ ਇੰਟਰਵਿਊ 'ਚ ਕਹਿ ਰਹੀ ਔਰਗਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ, ਹੈ ਨਾ। ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ, 200-250 ਬੰਦਾ ਵੀ ਬਰਾਤ 'ਚ ਹੁੰਦਾ, ਅਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ। ਅਗਰ ਔਰਗਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਇਕੱਲੇ ਬਚ ਕੇ ਆ ਜਾਵਾਂਗੇ ਜੀ ਉੱਥੋਂ? ਤੁਸੀਂ ਵੀ ਸਮਝਦਾਰ ਹੋ। ਮੇਰਾ ਨਾਮ ਬਿੱਟੂ ਬੈਨੀਪਾਲ ਹੈ, ਮੈਂ ਚੰਡੀਗੜ੍ਹ ਤੋਂ, ਅਤੇ ਮੇਰਾ ਗਰੁੱਪ ਡੀਜੇ ਹੈ, ਅਤੇ ਜਿਹੜੀ ਆ 2-3 ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਲੜਕੀ ਦੀ, ਕਰੀ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ, ਅਤੇ ਇਹਦੀ ਜਿਹੜੀ ਅਸਲ ਸੱਚਾਈ ਆ ਉਹ ਵੀਡੀਓ ਇਕੱਲੀ ਸਿਰਫ ਜਿਹੜੀ 10 ਸਕਿੰਟ ਦੀ ਵੀਡੀਓ ਉਹ ਦੇਖ ਕੇ ਨਹੀਂ, ਪੂਰੀ ਵੀਡੀਓ ਦੇਖੀ ਜਾਵੇ, ਅਤੇ ਰਿਕਾਰਡਿੰਗ ਕਢਾਓ ਅਤੇ ਆਪਣਾ ਪੈਲਸ ਤੋਂ, ਉਹਦੇ ਵਿੱਚ ਪੂਰਾ ਸਾਰਾ ਆਊਗਾ। ਅਤੇ ਇਹ ਕੁੜੀ ਸਟੇਜ ਦੇ ਉੱਪਰ ਅਤੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕ ਦੇ ਵਿੱਚ, ਅਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ 'ਤੇ ਜਾਣ ਵਾਸਤੇ ਕਿਹਾ, ਅਤੇ ਫਿਰ ਇਹ ਥੱਲੇ ਗਈ ਨਹੀਂ, ਦੁਬਾਰਾ ਡੀਜੇ ਬੰਦ ਕਰਵਾ ਤਿਆ ਉਹਨਾਂ ਨੇ ਵੀ ਤੁਸੀਂ ਜਾਓ, ਤੁਹਾਡੀ ਪੇਮੈਂਟ ਵੀ ਦੇਤੀ। ਇਹ ਕੁੜੀ ਫਿਰ ਦੁਬਾਰਾ ਸਟੇਜ 'ਤੇ ਇਕੱਲੀ ਉੱਪਰ ਸੀਗੀ, ਡੀਜੇ ਬੰਦ, ਸਕਰੀਨਾਂ ਬੰਦ ਸੀਗੀਆਂ, ਕੋਈ ਕੁੜੀ ਨਹੀਂ ਸੀ ਪਿੱਛੇ, ਸਟਾਫ ਸਾਰਾ ਪਿੱਛੇ ਖੜਾ ਸੀ, ਮੁੰਡੇ ਵੀ ਭੰਗੜੇ ਆਏ ਅਤੇ ਕੁੜੀਆਂ ਵੀ, ਇਹ ਇਕੱਲੀ ਮਾਈਕ ਦੇ ਵਿੱਚ ਉੱਥੇ ਬੋਲ ਰਹੀ ਸੀ। ਅਤੇ ਜਿਵੇਂ ਕਿ ਲੜਕੀ ਵੱਲ ਕਿਹਾ ਜਾ ਰਿਹਾ ਸੀ ਕਿ ਮੇਰੇ ਸੈਲਫ ਰਿਸਪੈਕਟ 'ਤੇ ਜੋ ਠੇਸ ਪਹੁੰਚੀ, ਮੈਂ ਦੁਖੀ ਹੋ ਗਈ। ਨਹੀਂ ਦੁਖੀ ਨਹੀਂ, ਇਹਨੇ ਡਰਿੰਕ ਵੀ ਕੀਤੀ ਹੋਈ ਸੀਗੀ, ਇਹ ਥੱਲੇ ਤੋਂ ਫਿਰ ਦੁਬਾਰਾ ਉੱਪਰ ਗਈ ਹੈ ਮਾਈਕ ਵਿੱਚ, ਪਾਰਟੀ ਨੂੰ ਗਲਤ ਬੋਲ ਰਹੀ ਸੀ, ਉਹ ਜੋ ਗਲਾਸ ਮਾਰਿਆ ਪਾਰਟੀ ਨੇ, ਅਤੇ ਉਹ ਜਦੋਂ ਬਹੁਤ ਜ਼ਿਆਦਾ ਬੋਲ ਰਹੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ 'ਤੇ ਗਲਾਸ ਮਾਰਿਆ ਸੀ। ਲਾਡੀ ਗਿੱਲ ਉਹੀ ਲੈ ਕੇ ਆਏ ਸੀ ਇਹਨੂੰ, ਉਹੀ ਸਟੇਜ 'ਤੇ ਥੱਲੇ ਨੂੰ ਲੈ ਕੇ ਜਾ ਰਿਹਾ ਸੀਗਾ, ਇਹਨੇ ਇਹ ਵੀ ਕਿਹਾ ਮੇਰੀ ਸਪੋਰਟ 'ਚ ਕੋਈ ਨਹੀਂ ਖੜਿਆ, ਉਹ ਬੰਦਾ ਹੀ ਇਹਨੂੰ ਸਟੇਜ 'ਤੇ ਥੱਲੇ ਲੈ ਕੇ ਜਾ ਰਿਹਾ ਸੀਗਾ।
ਨਹੀਂ ਇਹ ਸ਼ਰਾਰਤ ਹੈ, ਪਤਾ ਨਹੀਂ ਇਹਨੇ ਫੇਮ ਲੈਣ ਵਾਸਤੇ ਇਹ ਕੀਤਾ। ਇਹਨੂੰ ਦੇਖੋ, ਇਹਨੂੰ ਪਤਾ, ਇਹ ਇਨਕੁਆਇਰੀ ਹੋਣ ਤੋਂ ਬਾਅਦ ਪਤਾ ਲੱਗੂ ਇਹਨੇ ਕੀ ਕੀਤਾ। ਦੇਖੋ ਜੀ, ਇਹ ਜਿਹੜੀ ਇੰਟਰਵਿਊ ਆਪਣੀ ਆ ਰਹੀ ਆ, ਠੀਕ ਹੈ, 10 ਸਕਿੰਟ ਦੀ ਵੀਡੀਓ ਆ ਰਹੀ ਆ। ਦੇਖੋ, ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ, ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ, ਵੀ ਇਹ ਗਲਤ ਹੋਇਆ। ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ, ਫਿਰ ਹੀ ਇਹ ਗੱਲ ਤੱਕ ਪਤਾ ਲੱਗਦਾ। ਉਸ ਟਾਈਮ ਸਾਡੇ ਦੇਖੋ ਬਿੱਟੂ ਭਾਅ ਜੀ ਜਿਹਨਾਂ ਦਾ ਫੰਕਸ਼ਨ ਸੀ, ਲੱਡੀ ਭਾਅ ਜੀ ਹੈ ਨਾ, ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ, ਉਹਨਾਂ ਤੋਂ ਪਤਾ ਲੱਗਦਾ ਵੀ ਪਰਿਵਾਰ ਨੇ 2-4 ਵਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ 'ਤੇ ਨਾ ਆਓ। ਠੀਕ ਹੈ ਜੀ, ਜਦੋਂ ਸਾਨੂੰ ਪੇਮੈਂਟ ਦਿੱਤੀ, ਸਾਡੇ ਵੀ ਕਿਸੇ ਔਰਗਨਾਈਜ਼ਰ ਨੇ ਪੇਮੈਂਟ ਦਿੱਤੀ, ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇਜ 'ਤੇ ਨਹੀਂ ਆਉਣਾ। ਠੀਕ ਹੈ, ਸਾਡਾ ਕੰਮ ਖਤਮ, ਕਰਾਵੇ ਕੋਈ ਨਾ ਕਰਾਵੇ, ਠੀਕ ਹੈ ਜੀ, ਸਾਨੂੰ ਜਾ ਉੱਥੋਂ ਚਲੇ ਜਾਣਾ ਚਾਹੀਦਾ। ਪਰ ਇਹ ਲੜਕੀ ਵਾਰ ਵਾਰ ਜ਼ਿੱਦ ਕਰਕੇ ਸਟੇਜ 'ਤੇ ਆ ਰਹੀ ਸੀ, ਇਸ ਕਰਕੇ ਹੀ ਪਾਰਟੀ ਨਾਲ ਦੁਬਾਰਾ ਰੌਲਾ ਪਿਆ ਜੀ। ਬਿਲਕੁਲ, ਦੇਖੋ ਜੀ, ਅਸੀਂ ਉੱਥੇ ਮੌਜੂਦ ਨਹੀਂ ਸੀ, ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮੁਲਾਇਜ਼ਾ ਕਰਾਉਣਾ ਚਾਹੀਦਾ, ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ। ਲੜਕੀ ਨੇ ਮੋਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਆ ਵੀ ਮੈਂ ਡਰਿੰਕ ਕਰਦੀ ਹਾਂ, ਅਤੇ ਬਾਕੀ ਹੀ ਉਹ ਡਰਿੰਕ ਕਰਦੀ ਹੈ ਜੀ, ਕੋਈ ਦੋ ਰਹਿ ਨਹੀਂ, ਉਹ ਡਰਿੰਕ ਕਰਦੀ ਆ। ਦੇਖੋ ਜੀ, ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫੰਕਸ਼ਨ ਦਿੰਦਾ, ਦੇਖੋ ਅਸੀਂ ਕੰਮ, ਸਾਡਾ ਰੁਜ਼ਗਾਰ ਤੁਹਾਡੇ ਪਾਰਟੀਆਂ ਦੇ ਸਿਰ 'ਤੇ ਹੀ ਚੱਲਦਾ। ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ, ਠੀਕ ਹੈ ਜੀ, ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ। ਜੋ ਸੱਚਾਈ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਅੱਗੇ ਰੱਖਣੀ ਚਾਹੀਦੀ ਹੈ। ਇੱਥੇ ਸਾਡੇ ਜੋ ਵੀ ਔਰਗਨਾਈਜ਼ਰ ਸੀ, ਮੁੰਡੇ ਸੀ, ਕੁੜੀਆਂ ਸੀ, ਸਾਰੇ ਮੌਜੂਦ ਆ ਜੀ, ਜੋ ਵੀ ਉੱਥੇ ਗੱਲਬਾਤ ਹੋਈ ਆ ਉਹ ਮੌਜੂਦ ਆ। ਪਹਿਲਾਂ ਮਾਮਲਾ ਆਲਰੇਡੀ ਦਰਜ ਹੋ ਚੁੱਕਿਆ, ਮੁਕੱਦਮਾ ਦਰਜ ਹੋ ਚੁੱਕਿਆ ਦੋਸ਼ੀਆਂ ਦੇ ਖਿਲਾਫ। ਮੇਰੇ ਕੋਲ ਅਜੇ ਆਏ ਨਹੀਂ ਹੈਗੇ, ਜਦੋਂ ਆਉਣਗੇ ਜਿੱਦਾਂ ਦੇ ਕੋਈ ਹਾਲਾਤ ਹੋਣਗੇ ਉੱਦਾਂ ਦੀ ਅਸੀਂ ਉਹਨਾਂ ਦੀ ਕਾਰਵਾਈ ਕਰ ਦਾਂਗੇ।